दर्शन ते गन दोष मिटावे, दर्शन ते गन दोष मिटावे, दर्शन हा हा बैठ रहन तुम ही बनयावे। अर्थ समझे, बैठ रहन तुम ही बनावे। छेवें पातशाह कहते बाबा जी तुहाडी जिन्नी उम्र है ना एड्डी वड्डी, ते तुहाडा ते एक जगह बैठना ही बनदा है। एड्डी दूरों चल के आयो, तुहाडी जिन्नी उम्र वडेरी हो गई, एक जगह बैठना ही बनदा है। पर एड्डी दूर जेड़ा चल के आयो, दर्शन ते बैठ रहन तुम ही बन आवे, दर्शन ते गन दोष मिटावे। जेड़ा एड्डी दूरों चल के आए हो, तुसी ब्रह्म ज्ञानी हो, ब्रह्म नू पहुंचे हो। जिन्हां जिन्हां ने राज दर्शन कीते, उन्हां दे पता नहीं किन्ने किन्ने दोष ते पाप धोते गए होने। ये सूरज प्रकाश दीयां पंगतियां। हुण इहदा आपां संकेत नाल इधरों लेना, बड़े प्यार नाल लैयो कि छेवें पातशाह ने जिहड़ी बाबा बुढ़ा साहब जी की मिलाप विच उस्तत की, गुरु ग्रंथ साहब के मुताबिक वो जायज। इधरों प्रमाण नाल लैयो जी। दर्शन ते गन दोष मिटावे, दर्शन ते गन दोष मिटावे। बोलो भैणो, ब्रह्म ज्ञानी का दर्श बड़ भागी पाइए, ब्रह्म ज्ञानी का दर्श बड़ भागी पाइए, ब्रह्म ज्ञानी को बल बल जाइए। दर्शन ते कल दोष मिटावे, दर्शन ते कल दोष मिटावे, दर्शन ब्रह्म ज्ञानी को खोजे महेश्वर, ब्रह्म ज्ञानी को खोजे महेश्वर। महेश्वर का की अर्थ है? शिव जी। बाबा बुढ़ा साहब जी, तुसी ऐसे ब्रह्म ज्ञानी हो कि शिव जी वर्गे अवतार भी तुहाडे दर्शनां नूं लोचदे ने। ब्रह्म ज्ञानी को खोजे महेश्वर, नानक ब्रह्म ज्ञानी, नानक ब्रह्म ज्ञानी, नानक ब्रह्म ज्ञानी। आप परमेश्वर, आप परमेश्वर। दर्शन ते गन दोष मिटावे, दर्शन भैनो आण वाले समय च पता नहीं किन्ने किन्ने कट्टड़ प्रचारक दुनिया ते आ जान, पर वेख्यो नाम कमाई वाले बाबा बुढ़ा साहब, बाबा भाई शालो, बाबा बिधि चंद जी, किते इन्हां दे चरणा तो साडी शरदा ना चली जाए। आखो सतनाम। लोड है एक जगह ते बोर्ड लगा, पुत्रां दे दानी बाबा बुढ़ा साहब जी, ते एक कट्टड़ बंदा कहिंदा जी सही लिखिया, आखो सतनाम। मैं कहा तेरे मुताबक गलत लिखिया होएगा, साडे मुताबक ते सही लिखिया, तेरी सोच दूजी। क्योंकि गुरु अर्जन देव महाराज कहंदे, गंगा जी पृथ्वी चंद ने मुख चों कहा, गंगा औंतरी है, इहदे घर कड़ी औलाद होनी है, मेरे पुत्र मेहरबान ने सब कुछ संभालना है। ते गुरु अर्जन देव कहंदे, गंगा जी पृथ्वी चंद भी ते गुरु रामदास का पुत्र है, ताकत उहदे च भी हैगी। आखो सतनाम।
ਸ਼ਕਤੀ ਤੇ ਉਹਦੇ ਚ ਵੀ ਹੈ, ਪੁੱਤਰ ਤੇ ਉਹ ਵੀ ਗੁਰੂ ਰਾਮਦਾਸ ਜੀ ਦਾ ਹੀ ਹੈ। ਇਸ ਕਰਕੇ ਮੈਂ ਭਰਾ ਦਾ ਬਚਨ ਮੈਂ ਨਹੀਂ ਕੱਟ ਸਕਦਾ। ਜੇ ਉਹ ਬਚਨ ਕਟਾਉਣਾ ਤੇ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਰ ਸਕਦੇ। ਆਖੋ ਸਤਨਾਮ। ਇਸ ਕਰਕੇ ਫਿਰ ਕਈ ਜਗ੍ਹਾ ਪਿਆਰ ਨਾਲ ਲਿਖਿਆ ਹੁੰਦਾ, ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ। ਆਖੋ ਸਤਨਾਮ। ਇਸਰੋ ਗਵਾਲੀਅਰ ਦਾ ਮੈਂ ਮੇਲ ਆਪ ਜੀ ਦੇ ਚਰਨਾਂ ਚ, ਉਹ ਆਨੰਦ ਕਿ ਇੱਕ ਗੁਰੂ ਤੇ ਇੱਕ ਜੁੜੇ ਸਿੱਖ ਦਾ ਵੇਖੋ ਮੇਲ ਕਿਵੇਂ ਹੋ ਰਿਹਾ। ਪਿਤਾ ਜੀ ਵੀ ਬਹਿ ਗਏ, ਬਾਬਾ ਬੁੱਢਾ ਸਾਹਿਬ ਜੀ ਵੀ ਗਵਾਲੀਅਰ ਦੀ ਜੇ ਜੇ ਬਹਿ ਗਏ। ਛੇਵੇਂ ਪਾਤਸ਼ਾਹ ਕਹਿੰਦੇ ਬਾਬਾ ਜੀ ਅੱਜ 42 ਦਿਨ ਹੋ ਗਏ, 2 ਦਿਨ ਉੱਤੇ ਹੋ ਗਏ ਸੀ ਸਾਨੂੰ ਗਵਾਲੀਅਰ ਦੀ ਜੇਲ੍ਹ 'ਚ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਅੱਜ 42 ਦਿਨ ਹੋ ਗਏ ਹੈ ਅਤੇ ਅੰਮ੍ਰਿਤਸਰ ਤੋਂ ਆਇਆ ਸਾਨੂੰ ਹੋਰ ਵੀ ਸਮਾਂ ਹੋ ਗਿਆ, ਤਕਰੀਬਨ 2-2.5 ਮਹੀਨੇ ਹੋ ਗਏ ਹੈ। ਬਾਬਾ ਬੁੱਢਾ ਸਾਹਿਬ ਜੀ ਅੱਜ ਬੜੇ ਚਿਰ ਬਾਅਦ ਤੁਹਾਡੇ ਦਰਸ਼ਨ ਕਰਕੇ ਮਨ ਨੂੰ ਇੱਕ ਬੜਾ ਆਨੰਦ ਮਿਲਿਆ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਹੈ ਬਾਬਾ ਬੁੱਢਾ ਸਾਹਿਬ ਜੀ ਅੱਜ ਇੱਕ ਕਿਰਪਾ ਕਰੋ ਆਪਣੀ ਰਸਨਾ ਤੋਂ ਕੋਈ ਗੁਰੂ ਨਾਨਕ ਦਾ ਬਚਨ ਸੁਣਾ ਦੇ। ਕਿ ਬੜਾ ਚਿਰ ਹੋ ਗਿਆ ਅੰਮ੍ਰਿਤਸਰ ਤੋਂ ਵਿਛੋੜਾ, 2.5-3 ਮਹੀਨੇ ਦਾ ਸਮਾਂ ਅੰਦਾਜ਼ਾ ਹੋਏਗਾ ਕਿਉਂਕਿ ਜਿਹੜਾ ਸ਼ੇਰ ਦਾ ਸ਼ਿਕਾਰ ਹੋਇਆ ਹੈ ਜਹਾਂਗੀਰ ਦੇ ਤੰਬੂ, ਉਹ ਸਾਰਾ ਸਮਾਂ ਅੰਮ੍ਰਿਤਸਰ ਤੋਂ ਬਾਅਦ ਦਾ। ਇਹ ਚੰਦੂ ਦੀ ਸ਼ਰਾਰਤ, ਉਸ ਤੋਂ ਬਾਅਦ ਕਿ ਮਹਾਰਾਜ ਨੂੰ ਨਜੂਮੀਆਂ ਨੂੰ ਮਾਇਆ ਦੇ ਕੇ ਗਵਾਲੀਅਰ ਭੇਜਿਆ ਅਤੇ ਸੋਚਿਆ ਵੀ ਮੈਂ ਅੰਦਰ ਹੀ ਆਪਣੀ ਕਾਰਵਾਈ, ਜੋ ਪਿਛਲੀ ਵਾਰੀ ਤੁਸੀਂ ਪ੍ਰਕਰਨ ਸੁਣਿਆ ਵੀ ਯਹਿਰ ਦਾ ਚੋਲਾ ਬਣਾਇਆ, ਚੋਲੇ ਨੂੰ ਯਹਿਰ ਲਾ ਕੇ ਭੇਜਿਆ, ਪਰ ਜਿਹੜਾ ਦਰੋਗਾ ਸੀ ਉਹ ਮਹਾਰਾਜ ਦਾ ਸੇਵਕ ਸੀ। ਇਹ ਸਾਰਾ ਪਿਛਲੀ ਵਾਰੀ ਆਪ ਜੀ ਨੇ ਸੁਣਿਆ ਅਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬੜੀ ਭੁੱਖ ਲੱਗੀ ਹੈ, ਕਿੰਨੇ ਚਿਰ ਦਾ ਵਿਛੋੜਾ, ਅੱਜ ਕੋਈ ਗੁਰੂ ਨਾਨਕ ਦੀ ਗੱਲ। ਬਾਬਾ ਜੀ ਵੀ ਬੈਠੇ, ਗੁਰੂ ਹਰਗੋਬਿੰਦ ਸਾਹਿਬ ਬੈਠੇ ਅਤੇ ਜਦੋਂ ਉਹਨਾਂ ਨੇ ਕਿਹਾ ਕੋਈ ਬਚਨ ਸੁਣਾਓ, ਅਤੇ ਪਹਿਲਾਂ ਰਸਨਾ 'ਚੋਂ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਕੀਤਾ, ਕਹਿੰਦੇ ਜੀ ਸਾਰੀ ਦੁਨੀਆ ਦੇਖ ਲਓ ਗੁਰੂ ਕਈ ਲੱਭਣਗੇ ਪਰ ਗੁਰੂ ਨਾਨਕ ਮਹਾਰਾਜ ਵਰਗਾ ਗੁਰੂ ਕੋਈ ਨਹੀਂ ਹੋਇਆ। ਛੇਵੇਂ ਪਾਤਸ਼ਾਹ ਜੁੜ ਗਏ ਕਿਉਂਕਿ ਉਹ ਸਮਾਂ ਕੈਸੀ ਵਾਈਬ੍ਰੇਸ਼ਨ ਹੋਏਗੀ। ਮਹਾਰਾਜ ਕਹਿੰਦੇ ਬੜਾ ਆਨੰਦ ਆਇਆ ਕਿਉਂਕਿ ਜੁੜੀ ਰੂਹ ਦੇ ਮੁੱਖ 'ਚੋਂ ਫਿਰ ਆਨੰਦ ਆਪਣਾ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਬੁੱਢਾ ਜੀ ਬੜਾ ਆਨੰਦ ਆਇਆ, ਹੋਰ ਕਿਰਪਾ ਕਰੋ। ਬਾਬਾ ਬੁੱਢਾ ਸਾਹਿਬ ਜੀ ਨੇ ਦੂਜਾ ਬਚਨ ਆਖਿਆ, ਕਹਿੰਦੇ ਜੀ ਸਿੱਖ ਬਹੁਤ ਹੋਏ ਨੇ ਪਰ ਗੁਰੂ ਅੰਗਦ ਦੇਵ ਜੀ ਵਰਗਾ ਸਿੱਖ ਕੋਈ ਨਹੀਂ ਹੋਇਆ। ਆਖੋ ਸਤਨਾਮ। ਗੁਰੂ ਹਰਗੋਬਿੰਦ ਸਾਹਿਬ ਜੁੜ ਗਏ ਪਿਆਰ ਵਿੱਚ, ਕਹਿੰਦੇ ਬਾਬਾ ਜੀ ਬੜਾ ਅੱਜ ਆਨੰਦ ਆ ਰਿਹਾ, ਬੜੇ ਚਿਰ ਦਾ ਵਿਛੋੜਾ ਪਿਆ ਸੀ ਅੱਜ ਬੜਾ ਆਨੰਦ ਆ ਰਿਹਾ, ਥੋੜਾ ਹੋਰ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਜੀ ਸੇਵਕ ਬਹੁਤ ਹੋਏ ਨੇ ਪਰ ਗੁਰੂ ਅਮਰਦਾਸ ਜੀ ਵਰਗਾ ਸੇਵਕ ਕੋਈ ਨਹੀਂ ਹੋਇਆ। ਆਖੋ ਸਤਨਾਮ। ਇਹੋ ਜਿਹੇ ਸੇਵਕ, ਇੱਕ ਬਾਂਹ ਗੁਰੂ ਅੰਗਦ ਦੇਵ ਜੀ ਤੋਂ ਅੱਗੇ ਲੰਘ ਗਈ। ਜਦੋਂ ਅਸੀਂ ਤੁਰਦੇ ਹਾਂ ਨਾ, ਕਦੀ ਨੋਟ ਕਰੋ ਬਾਂਹ ਹਿਲਦੀ ਹੈ, ਇੱਕ ਅੱਗੇ ਜਾਏਗੀ ਇੱਕ ਪਿੱਛੇ ਜਾਏਗੀ। ਹੁਣ ਤੁਸੀਂ ਕਹੋ ਮੈਂ ਦੋਵੇਂ ਬਾਹਾਂ ਇੰਜ ਨਾਲ ਰੱਖਾਂ ਤੇ ਤੁਰਾਂ, ਨਹੀਂ ਤੁਰਿਆ ਜਾਏਗਾ, ਹੋਰ ਤਰ੍ਹਾਂ ਅਜੀਬ ਜਾਪੇ। ਜਦੋਂ ਤੁਰਦੇ ਹੋ ਨਾ, ਰੱਬ ਨੇ ਨੇਤ ਬਣਾਈ, ਇੱਕ ਬਾਂਹ ਅੱਗੇ ਜਾਂਦੀ ਇੱਕ ਪਿੱਛੇ। ਅਤੇ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ 2-3 ਫੁੱਟ ਮਗਰ ਤੁਰਦੇ ਸੀ। ਜਦੋਂ ਵੀ ਕਿਧਰੇ ਜਾਣਾ ਹੋਵੇ, ਕਿਧਰੇ ਧਿਆਨ ਹੋਰ ਖਿਆਲਾਂ 'ਚ ਗਿਆ, ਬਰਾਬਰ 'ਤੇ ਆ ਗਏ। ਹੁਣ ਆਪ 'ਤੇ ਬਰਾਬਰ 'ਤੇ ਗੁਰੂ ਅਮਰਦਾਸ ਜੀ ਆ ਗਏ, ਅੱਗੇ ਨਹੀਂ ਵਧੇ ਪਰ ਬਾਂਹ ਅੱਗੇ ਵੱਧ ਗਈ। ਆਪਣੇ ਕਮਰੇ 'ਚ ਜਾ ਕੇ ਗੁਰੂ ਅਮਰਦਾਸ ਜੀ ਕਹਿੰਦੇ ਬਾਂਹ ਅੱਜ ਤੂੰ ਗਲਤੀ ਕੀਤੀ ਏ, ਆਪਣੇ ਮੁਰਸ਼ਦ ਤੋਂ ਅੱਗੇ ਲੰਘ ਗਈ ਏ, ਗੁਰੂ ਤੋਂ ਅੱਗੇ ਲੰਘ ਗਈ ਏ, ਅੱਜ ਤੂੰ ਗਲਤੀ ਕੀਤੀ, ਤੇਰੇ ਕੋਲੋਂ ਸਾਰੀ ਜ਼ਿੰਦਗੀ ਹੁਣ ਕੰਮ ਨਹੀਂ ਲੈਣਾ।
ਆਖੋ ਸਤਨਾਮ। ਸੇਵਕ ਬਹੁਤ ਹੋਏ, ਬਾਬਾ ਬੁੱਢਾ ਜੀ ਸਾਹਿਬ ਜੀ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਵਰਗਾ ਸੇਵਕ ਕੋਈ ਨਹੀਂ ਹੋਇਆ, ਆਖੋ ਸਤਨਾਮ। ਬਾਬਾ ਜੀ ਗੁਰੂ ਹਰਗੋਬਿੰਦ ਸਾਹਿਬ ਹੋਰ ਜੁੜ ਗਿਆ ਤੇ ਮਾਲਕ ਸੀ, ਪਰ ਆਪ ਰੱਬ ਸੀ, ਪਰ ਉਹ ਆ ਗਏ ਰਸ ਵਿੱਚ ਆ ਗਏ, ਕਿਉਂਕਿ ਰੱਬ ਵੀ ਇਹ ਇਸ ਚੀਜ਼ ਦਾ ਵਡਿਆਈ ਆਪਣੇ ਮਾਲਕ ਦੀ ਦਾ। ਬਾਬਾ ਜੀ ਹੋਰ ਕਿਰਪਾ ਕਰੋ, ਜਦੋਂ ਇਹ ਆਖਿਆ ਬਾਬਾ ਬੁੱਢਾ ਸਾਹਿਬ ਜੀ ਹੋਰ ਕਿਰਪਾ ਕਰੋ, ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਜੀ ਪੁੱਤਰ ਧਰਤੀ ਤੇ ਬੜੇ ਵੇਖੇ, ਵਾਹਿਗੁਰੂ ਵਾਹਿਗੁਰੂ, ਜਵਾਈ ਧਰਤੀ ਤੇ ਬੜੇ ਵੇਖੇ, ਪਰ ਗੁਰੂ ਰਾਮਦਾਸ ਜੀ ਵਰਗਾ ਜਵਾਈ ਕੋਈ ਨਹੀਂ ਹੋਇਆ, ਆਖੋ ਸਤਨਾਮ। ਛੇਵੇਂ ਪਾਤਸ਼ਾਹ ਕਹਿੰਦੇ ਬੜਾ ਰਸ ਆ ਰਿਹਾ, ਬੜਾ ਰਸ ਆ ਰਿਹਾ ਬਾਬਾ ਜੀ, ਹੋਰ ਕਿਰਪਾ ਕਰੋ, ਬੜਾ ਚਿਰ ਦਾ ਵਿਛੋੜਾ ਪਿਆ। ਆਮ ਬੰਦਾ 5-6 ਘੰਟੇ ਸੌਂਦਾ ਜੀ, ਹੁਣ ਤੁਹਾਡੀ ਕਿਸੇ ਵੇਲੇ ਅੱਖ ਜ਼ਿਆਦਾ ਲੱਗ ਜਾਏ ਨਾ, ਨੀਂਦਰ ਜ਼ਿਆਦਾ ਹੋ ਜਾਏ, ਦੂਜੇ ਰੁਝੇਵੇਂ ਜ਼ਿਆਦਾ ਹੋ ਜਾਣ, ਤੁਹਾਨੂੰ ਵੇਖੋ ਕਈ ਵਾਰੀ ਫਿਰ ਭੁੱਖ ਇੰਨੀ ਲੱਗਦੀ ਵੀ ਦਿਲ ਕਰਦਾ ਜਲਦੀ ਜਪਜੀ ਸਾਹਿਬ ਨਾਲ ਜੁੜ ਜਾਵਾਂ, ਜਲਦੀ ਸੁਮਨੀ ਸਾਹਿਬ ਨਾਲ ਜੁੜ ਜਾਵਾਂ। ਕਿੰਨੇ ਚਿਰ ਦੇ ਅੰਮ੍ਰਿਤਸਰ ਤੋਂ ਆਏ ਹਾਂ ਬਾਬਾ ਬੁੱਢਾ ਸਾਹਿਬ ਜੀ, ਬੜੀ ਭੁੱਖ ਲੱਗੀ ਏ, ਹੋਰ ਕਿਰਪਾ ਕਰ ਦਿਓ। ਬਾਬਾ ਬੁੱਢਾ ਸਾਹਿਬ ਕਹਿੰਦੇ ਪੁੱਤਰ ਤੇ ਧਰਤੀ ਤੇ ਬੜੇ ਹੋਏ ਨੇ, ਪਰ ਗੁਰੂ ਅਰਜਨ ਦੇਵ ਜੀ ਵਰਗਾ ਸਪੁੱਤਰ ਕੋਈ ਨਹੀਂ ਹੋਇਆ, ਜਿਨ੍ਹਾਂ ਨੇ ਆਪਣੇ ਪਿਤਾ ਗੁਰੂ ਰਾਮਦਾਸ ਬਾਰੇ ਇਹ ਆਖ ਦਿੱਤਾ ਹੋਵੇ ਹਰ ਜੀਓ ਨਾਮ ਪਰਿਓ, ਹਰੀ ਨੇ ਆਪਣਾ ਨਾਮ ਹਟਾ ਕੇ ਰਾਮਦਾਸ ਰੱਖ ਲਿਆ। ਐਸਾ ਸਮਾਂ ਆਨੰਦਮਈ, ਬਾਬਾ ਬੁੱਢਾ ਸਾਹਿਬ ਛੇਵੇਂ ਪਾਤਸ਼ਾਹ ਫਿਰ ਪੁੱਛਦੇ ਸਾਨੂੰ ਅੰਮ੍ਰਿਤਸਰ ਦਾ ਹਾਲ ਸੁਣਾਓ, ਸੰਗਤ ਦਾ ਹਾਲ ਸੁਣਾਓ, ਤੁਸੀਂ ਕਿਵੇਂ ਆਏ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਾਤਾ ਗੰਗਾ ਜੀ ਨੇ ਮਨ ਵਿੱਚ ਵਿਚਾਰ ਕੀਤੀ, ਵੱਡੇ ਸਤਿਗੁਰੂ ਜੀ ਨਾਲ ਜੋ ਹੋਇਆ ਇੱਧਰ ਵੀ ਨਾ ਹੋ ਜਾਏ, ਉਹਨਾਂ ਨੇ ਦਾਸੀ ਨੂੰ ਭੇਜਿਆ ਮੇਰੇ ਪਾਸ, ਸੁਣਿਆ ਦੇ ਕੇ ਮੈਂ ਮਾਤਾ ਜੀ ਕੋਲ, ਮਾਤਾ ਗੰਗਾ ਜੀ ਕੋਲ ਗਿਆ, ਉਹਨਾਂ ਨੇ ਫਿਰ ਮੇਰੀ ਡਿਊਟੀ ਲਾਈ ਕਿ ਜਿਹੜੀ ਵੀ ਵਿਧ ਬਣਦੀ ਹੈ ਸਤਿਗੁਰਾਂ ਨੂੰ ਕਿਲੇ ਤੋਂ ਬਾਹਰ ਲਿਆਓ, ਉਹ ਸੁਨੇਹਾ ਲੈ ਕੇ ਮੈਂ ਆਪ ਜੀ ਦੇ ਚਰਨਾਂ 'ਚ ਆਇਆ। ਇਹ ਹੁਣ ਤੁਸੀਂ ਆਨੰਦ ਮਾਣਿਆ, ਹੁਣ 5-1 ਮਿੰਟ ਆਨੰਦ ਦੂਜਾ। ਉਧਰ ਚੰਦੂ ਕੀ ਚਾਲ ਚੱਲਦਾ ਪਿਆ ਕਿ ਜਹਾਂਗੀਰ ਨੂੰ ਯਾਦ ਹੀ ਨਾ ਕਰਾਇਆ ਜਾਵੇ, ਯਾਦ ਹੀ ਨਾ ਕਰਾਇਆ ਜਾਵੇ ਇਸ ਚੀਜ਼ ਬਾਰੇ ਕਿ ਮਹਾਰਾਜ ਗਵਾਲੀਅਰ 'ਚ ਉਹ ਚੰਦੂ ਗੁਰੂ ਹਰਗੋਬਿੰਦ ਸਾਹਿਬ ਬਾਰੇ ਯਾਦ, ਜਿੰਨੇ ਆਲੇ ਦੁਆਲੇ ਵਾਲੇ ਬੰਦੇ ਸਭ ਉਹਨੇ ਕਾਬੂ ਕੀਤੇ ਨੇ, ਅਤੇ ਜਹਾਂਗੀਰ ਨੂੰ ਕੀ ਸਲਾਹ ਦਿੱਤੀ। ਮੁਸਲਮਾਨਾਂ ਵਿੱਚ ਮੁਹਰਮ ਦਾ ਮਹੀਨਾ ਆਉਂਦਾ ਜੀ, ਮੁਹਰਮ ਦਾ, ਕਿ ਮੁਹਰਮ ਦਾ ਮਹੀਨਾ ਆਇਆ ਅਤੇ ਇਹ ਬਾਦਸ਼ਾਹ ਅਸੀਂ ਆਪਣੇ ਵੱਡੇ ਸ਼ਹਿਰ ਦਿੱਲੀ ਜਾ ਕੇ ਮਨਾਈਏ, ਵੀ ਉੱਥੋਂ ਹੁਣ ਲਿਜਾਣਾ ਚਾਹੁੰਦਾ ਉਹਦੀ ਅਗਲੀ ਚਾਲ ਚੰਦੂ ਦੀ, ਆਖੋ ਸਤਨਾਮ। ਉਹਦਾ ਵੇਰਵਾ 2-4 ਮਿੰਟ ਵਿੱਚ ਮਹਾਰਾਜ ਸੇਵਾ ਲੈਣ। ਇੱਕ ਵਾਰੀ ਛੇਵੇਂ ਪਾਤਸ਼ਾਹ ਹਜ਼ੂਰ ਦੀ ਵਡਿਆਈਆਂ ਵਿੱਚ ਜੁੜਿਓ ਜੀ। ਗੁਰ ਜੈਸਾ ਨਾਈ ਕੋ ਦੇਵ, ਗੁਰ ਗੁਰ ਜੈਸਾ ਜੋ ਸਾਖੀ ਏ ਕਿਵੇਂ ਕਰੀਏ। ਚੰਦੂ ਗਵਾਲੀਅਰ ਤੋਂ ਜਹਾਂਗੀਰ ਨੂੰ ਦਿੱਲੀ ਲੈ ਗਿਆ ਵੀ ਇਹ ਭੁਲਾ ਦਿਆਂ ਅਤੇ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ 'ਚ ਕਿਸੇ ਤਰੀਕੇ ਖਤਮ ਕਰਾਵਾਂ, ਉਹਦੀ ਆਪਣੀ ਸੋਚ।
ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਬਾਬਾ ਬੁੱਢਾ ਸਾਹਿਬ ਕੋ ਆਗਿਆ ਲਈ ਕਿ ਬਾਬਾ ਜੀ ਕੀ ਕਰੀਏ। ਬਾਬਾ ਜੀ ਕਹਿੰਦੇ ਵੀ ਸਾਨੂੰ ਮਾਤਾ ਜੀ ਨੇ ਆਗਿਆ ਦਿੱਤੀ, ਮਾਤਾ ਗੰਗਾ ਜੀ ਨੇ, ਵੀ ਜਿਵੇਂ ਵਿੱਦ ਬਣਦੀ ਹੈ ਵੀ ਮਹਾਰਾਜ ਜੀ ਨੂੰ ਆਪਾਂ ਬਾਹਰ। ਹੁਣ ਵੇਖ ਲਓ ਸਿੱਖਾਂ ਕੋ ਕਮਾਈ ਕਿੰਨੀ ਹੈ। ਭਾਈ ਜੇਠਾ ਜੀ ਅਤੇ ਭਾਈ ਪਿਰਾਣਾ ਜੀ ਨੇ ਸਾਧ ਸੰਗਤ ਜੀ ਰਾਤ ਨੂੰ ਸ਼ੇਰ ਬਣ ਕੇ ਜਹਾਂਗੀਰ ਦੇ ਸਰਾਣੇ ਚੜ੍ਹ ਗਏ। ਆਖੋ ਸਤਨਾਮ। ਉਹ ਜਦੋਂ ਡਰਿਆ, ਡਰ ਕੇ ਕੀ ਕਹਿੰਦਾ, ਗੁਰੂ ਹਰਗੋਬਿੰਦ ਸਾਹਿਬ ਜਿਹੜੀ ਸਾੜ ਸੱਤੀ ਆਉਣੀ ਸੀ ਨਾ, ਉਹ ਆ ਗਈ, ਮੈਨੂੰ ਬਚਾ ਲਓ। ਆਖੋ ਸਤਨਾਮ, ਮੈਨੂੰ ਬਚਾ ਲਓ। ਜਦੋਂ ਛੇਵੇਂ ਪਾਤਸ਼ਾਹ ਦਾ ਨਾਂ ਲਿਆ, ਜਹਾਂਗੀਰ ਨੂੰ ਸੂਰਜ ਪ੍ਰਕਾਸ਼ ਲਿਖਿਆ ਵੀ ਇਹ ਮਹਿਸੂਸ ਹੋਇਆ ਛੇਵੇਂ ਪਾਤਸ਼ਾਹ ਨੇ ਆਏ ਨੇ, ਰੁਮਾਲ ਕੱਢਿਆ ਅਤੇ ਸ਼ੇਰ ਪਾਸੇ ਹੋ ਗਏ ਨੇ। ਇਹ ਇੱਕ ਦੋ ਦਿਨ ਇਹ ਚੀਜ਼ਾਂ ਵਾਪਰੀਆਂ। ਕਦੀ ਕਿਸੇ ਵਜ਼ੀਰ ਦੀ ਸਲਾਹ ਲੈਂਦਾ ਵੀ ਰਾਤੀ ਇੰਜ ਹੋਇਆ, ਕਦੀ ਕਿਸੇ ਦੀ, ਕਦੀ ਕਿਸੇ ਦੀ, ਅਤੇ ਸਾਰਿਆਂ ਸਲਾਹ ਦਿੱਤੀ, ਕਹਿੰਦੇ ਜੀ ਤੁਹਾਨੂੰ ਕੋਈ ਬਿਮਾਰੀ ਲੱਗ ਗਈ, ਕੋਈ ਸ਼ੇਰ ਨਹੀਂ ਆਉਂਦੇ, ਤੁਹਾਨੂੰ ਕੋਈ ਬਿਮਾਰੀ ਲੱਗ ਗਈ, ਇਲਾਜ ਕਰਾਓ। ਸਾਰੇ ਇਲਾਕੇ ਝੰਡੋਰਾ ਦੇ ਦਿੱਤਾ ਕਿ ਕੋਈ ਚੰਗੇ ਤੋਂ ਚੰਗਾ ਹਕੀਮ ਆਵੇ, ਬਾਦਸ਼ਾਹ ਨੂੰ ਵੇਖੇ। ਭਾਈ ਜੇਠਾ ਉਹਨਾਂ ਨੇ ਹਕੀਮ ਦਾ ਭੇਸ ਧਾਰ ਲਿਆ। ਆਖੋ ਸਤਨਾਮ, ਹਕੀਮ ਬਣ ਕੇ ਆ ਗਿਆ। ਅਤੇ ਜਹਾਂਗੀਰ ਕਹਿੰਦਾ ਵੀ ਮੇਰੀ ਨਬਜ਼ ਵੇਖੋ, ਮੈਨੂੰ ਰਾਤੀ ਡਰ ਲੱਗਦਾ ਹੈ ਜੇ ਸ਼ੇਰ ਆਉਂਦੇ। ਅਤੇ ਭਾਈ ਜੇਠਾ ਕਹਿੰਦੇ ਆ, ਜਹਾਂਗੀਰ ਨਬਜ਼ ਵੇਖ ਕੇ ਨੁਕਸ ਦੱਸਿਆ ਅਤੇ ਕਾਹਦਾ, ਨਬਜ਼ ਤੋਂ ਬਗੈਰ ਹੀ ਦੱਸਾਂਗੇ। ਆਖੋ ਸਤਨਾਮ। ਪਰ ਸਾਡੀ ਸ਼ਰਤ ਹੈ ਇਕੱਲਿਆਂ ਦੱਸਣਾ, ਸਾਰੇ ਚਲ ਜਾਓ ਵੀ ਬਾਹਰ। ਇਹ ਮੇਰਾ ਵਿਸ਼ਵਾਸ ਜਿਹਾ ਵੱਜ ਗਿਆ ਵੀ ਆਹ ਹਕੀਮ ਬੜਾ ਵਧੀਆ ਆਇਆ। ਇਹ ਕਹਿੰਦਾ ਨਬਜ਼ ਵੀ ਨਹੀਂ ਵੇਖਣੀ। ਜਦੋਂ ਇਕੱਲੇ ਤੇ ਕਹਿੰਦੇ ਭਾਈ ਜੇਠਾ ਜੀ ਨੇ ਹਕੀਮ ਦਾ ਰੂਪ ਧਾਰਿਆ ਸੀ ਤੇ ਕਹਿਣ ਲੱਗੇ, ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਜੇਲ੍ਹ 'ਚ ਭੇਜਿਆ, ਮੇਰੇ ਵਾਸਤੇ 40 ਦਿਨ ਮਾਲਾ ਫੇਰੋ, ਮੇਰੇ 'ਤੇ ਸਾੜ ਸੱਤੀ। ਹਾਂਜੀ, ਤੈਨੂੰ ਇਹ ਪਤਾ ਵੀ ਹੁਣ ਦਿਨ ਉੱਤੇ ਹੋਵੇ, ਭੁੱਲ ਗਏ ਸਤਿਗੁਰਾਂ ਨੂੰ ਬਾਹਰ ਸਤਿਕਾਰ ਦੇ ਨਾਲ, ਅਦਬ ਦੇ ਨਾਲ ਲਿਆਉਣਾ, ਉਹਨਾਂ ਕਰਕੇ ਤੂੰ ਬਚਿਆ। ਜਿਹੜਾ ਤੂੰ ਉਹਨਾਂ ਨੂੰ ਭੁੱਲ ਗਿਆ, ਬਾਹਰ ਨਹੀਂ ਲਿਆ ਰਿਹਾ, ਇਹਦੇ ਕਾਰਨ ਕਰਕੇ ਸਭ ਕੁਝ ਹੋ ਰਿਹਾ। ਕਹਿੰਦੇ ਜਦੋਂ ਭਾਈ ਜੇਠਾ ਹਕੀਮ ਦਾ ਰੂਪ ਧਾਰਿਆ ਜਾਣ ਲੱਗੇ, ਅਤੇ ਜਹਾਂਗੀਰ ਕਹਿੰਦੇ ਆਪਣੀ ਫੀਸ ਲੈ ਲਓ। ਆਖੋ ਸਤਨਾਮ। ਅਤੇ ਭਾਈ ਜੇਠਾ ਕਹਿੰਦੇ ਵੀ ਮੈਂ ਉਹ ਹਕੀਮ ਹਾਂ, ਜਦੋਂ ਕੰਮ ਹੋ ਜਾਵੇ ਫੀਸ ਉਦੋਂ ਲੈਂਦਾ। ਹੁਣ ਛੇਵੇਂ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਦੋਂ ਤੇਰਾ ਡਰ ਮੁੱਕ ਗਿਆ ਨਾ, ਉਦੋਂ ਮੈਂ ਫੀਸ ਲਾਂਗਾ। ਕਹਿੰਦੇ ਉਸ ਵੇਲੇ ਜਹਾਂਗੀਰ ਨੇ ਅਹਿਲਕਾਰ ਜਿਨ੍ਹਾਂ 'ਚ ਵਜ਼ੀਰ ਖਾਂ ਸਭ ਨੂੰ ਭੇਜਿਆ, ਜਾਓ ਛੇਵੇਂ ਪਾਤਸ਼ਾਹ ਨੂੰ ਸਤਿਕਾਰ ਨਾਲ ਬਾਹਰ। ਆਖੋ ਸਤਨਾਮ। ਹੁਣ ਜਰਾ ਗੱਲ ਸੁਣ ਲਿਓ, ਕਿਉਂਕਿ ਕੋਈ ਇਸ ਚੀਜ਼ ਦਾ ਪਲਟਾ ਨਾ ਖਾ ਜਾਵੇ। ਇੱਧਰ ਭਾਈ ਜੇਠਾ ਜਦੋਂ ਗਵਾਲੀਅਰ ਪਹੁੰਚੇ ਤੇ ਛੇਵੇਂ ਪਾਤਸ਼ਾਹ ਨੇ ਨਾ ਗੰਗਾ ਸਾਗਰ ਦਿੱਤਾ। ਗੰਗਾ ਸਾਗਰ ਇੱਕ ਬਰਤਨ ਹੈ। ਛੇਵੇਂ ਪਾਤਸ਼ਾਹ ਨੇ ਗੰਗਾ ਸਾਗਰ ਬਰਤਨ ਦਿੱਤਾ ਤੇ ਕੀ ਆਖਿਆ, ਭਾਈ ਜੇਠਾ ਜੀ ਜਮਨਾ ਤੋਂ ਭਰ ਕੇ ਲਿਆਓ, ਕੋਲ ਜਮਨਾ ਵਗਦੀ, ਭਰ ਕੇ ਲਿਆਓ। ਉਹ ਲੈ ਭਰ ਕੇ। ਛੇਵੇਂ ਪਾਤਸ਼ਾਹ ਕਹਿੰਦੇ ਭਾਈ ਜੇਠਾ ਜੀ ਜਿਹੜਾ ਭਰ ਕੇ ਲਿਆਇਓ ਜਮਨਾ ਵਿੱਚ, ਨਦੀ ਵਿੱਚ, ਦਰਿਆ ਵਿੱਚ, ਫਿਰ ਰੋੜਾਓ, ਫਿਰ ਪਾਓ। ਉਹ ਫਿਰ ਪਾਏ। ਜਦੋਂ ਆਏ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਕੋਈ ਸਮਝਿਓ ਜੀ? ਨਹੀਂ, ਮੈਂ ਤਾਂ ਹੁਕਮ ਮੰਨਿਆ। ਤੁਸੀਂ ਕਿਹਾ ਗੰਗਾ ਸਾਗਰ ਭਰ ਲਿਆਓ ਜਮਨਾ 'ਚੋਂ, ਮੈਂ ਭਰ ਲਿਆ। ਤੁਸੀਂ ਕਿਹਾ ਫਿਰ ਪਾਓ, ਮੈਂ ਪਾਇਆ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜਦੋਂ ਜਮਨਾ ਵਿੱਚੋਂ, ਦਰਿਆ ਵਿੱਚੋਂ ਇੱਕ ਬਰਤਨ ਗੰਗਾ ਸਾਗਰ ਤੁਸੀਂ ਭਰਿਆ ਤੇ ਜਮਨਾ 'ਚ ਪਾਣੀ ਘੱਟ ਗਿਆ,
ਕਹਿੰਦੇ ਜੀ ਨਹੀਂ, ਜਦੋਂ ਪਾਇਆ ਤੇ ਵੱਧ ਗਿਆ। ਕਹਿੰਦੇ ਜੀ ਨਹੀਂ, ਉਹ ਦਰਿਆ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਗੁਰੂ ਘਰ ਵੀ ਦਰਿਆ ਵਾਂਗ ਏ, ਜੇ ਵਿੱਚੋਂ ਇੱਕ ਨਿਕਾ ਜਿਹਾ ਗੰਗਾ ਸਾਗਰ ਦੀ ਸ਼ਕਤੀ ਮਿਲ ਗਈ ਏ, ਇਹਨੂੰ ਵਰਤਣਾ ਨਹੀਂ ਸ਼ੁਰੂ ਕਰ ਦੇਈ। ਆਖੋ ਸਤਨਾਮ। ਇਹ ਗੁਰੂ ਘਰ ਵਿੱਚ ਤੇ ਸ਼ਕਤੀ ਦਾ ਪ੍ਰਵਾਹ ਚੱਲ ਰਿਹਾ, ਬਖਸ਼ਿਸ਼ ਦਾ ਪ੍ਰਵਾਹ ਚੱਲ ਰਿਹਾ। ਉਹਦੇ ਚੋਂ ਜੇ ਮਾੜੀ ਜੀ ਮਿਲੀ ਤੇ ਤੂੰ ਇਹਨੂੰ ਵਰਤਣਾ। ਬੜੇ ਧਿਆਨ ਨਾਲ ਸੁਣੇ ਗੱਲ ਤੁਹਾਡੇ, ਕਿਉਂਕਿ ਨਾ ਕਲੀਅਰ ਹੋਈ ਫਿਰ ਇਤਿਹਾਸ ਫਿਰ ਦੂਜਾ ਰੂਪ ਬਣ ਜਾਏਗਾ। ਮਹਾਰਾਜ ਜੀ ਨੇ ਤਾੜਨਾ ਕੀਤੀ, ਕੈਸਾ ਗੁਰੂ ਘਰ ਵੇਖੋ। ਤਿਸ ਗੁਰ ਕੋ ਸਾਵਾਸ ਹੈ ਜਿਨ ਹਰ ਸੋਚੀ ਪਾਈ। ਤੁਹਾਡੇ ਸਾਹਮਣੇ ਇਤਿਹਾਸ ਬਾਬਾ ਟਲ ਰਿਹਾ ਜੀ। ਮੋਨ ਉੱਠ ਸਾਡੀ ਮਿੱਟੀ ਦੇ, ਹੁਣ ਕਮਾਈ ਤੇ ਸੀ, ਗੁਰੂ ਦੇ ਪੁੱਤਰ ਸੀ, ਉਹ ਜਿੰਦਾ ਹੋ ਗਿਆ। ਛੇਵੇਂ ਪਾਤਸ਼ਾਹ ਨੇ ਵੇਖ ਲਓ ਮਰਿਆਦਾ ਚ ਰੱਖਿਆ, ਆਖਿਆ ਬਾਬਾ ਟਲ ਰਾਏ ਜੀ, ਕੱਲ ਨੂੰ ਮੁੜਦਿਆਂ ਦੇ ਢੇਰ ਲੱਗ ਜਾਣਗੇ। ਆਖੋ ਸਤਨਾਮ। ਲੋਕੀ ਕਹਿਣਗੇ ਕਰੋ ਜਿੰਦਾ ਜੀ, ਕੀ ਹੁਕਮ ਏ? ਕਹਿੰਦੇ ਮੌਨ ਦੀ ਜਗ੍ਹਾ ਜਾਂ ਤੁਹਾਨੂੰ ਜਾਣਾ ਪਏਗਾ ਜਾਂ ਸਾਨੂੰ। ਆਖੋ ਸਤਨਾਮ। ਦੇਖ ਲਓ ਗੁਰੂ ਘਰ ਅਜ਼ਰ ਨੂੰ ਜ਼ਰਨ ਦੀ। ਛੇਵੇਂ ਪਾਤਸ਼ਾਹ ਕਹਿੰਦੇ ਜਮਨਾ ਚੋਂ ਬਰਤਨ ਕੱਢ ਲਿਆ, ਕੋਈ ਘਟਿਆ ਉਹਦਾ, ਪਾਇਆ ਤਾਂ ਕੋਈ ਵੱਧ ਗਿਆ। ਇਹ ਗੁਰੂ ਘਰ ਬਖਸ਼ਿਸ਼ ਦਾ ਦਰਿਆ ਹੈ, ਜਿੱਥੋਂ ਬਖਸ਼ਿਸ਼ ਆ ਰਹੀ ਅਸੀਂ ਨਹੀਂ ਵਰ ਸਕਦੇ। ਆਖੋ ਸਤਨਾਮ। ਅਸੀਂ ਨਹੀਂ ਕਰ ਸਕਦੇ, ਤਾੜਨਾ ਕੀਤੀ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜਿਹੜੀ ਤੁਸੀਂ ਇਹ ਚੀਜ਼ ਕੀਤੀ, ਇਹ ਸ਼ੇਰ ਬਣ ਕੇ ਕਾਰਜ ਕੀਤਾ, ਡਰਾਇਆ ਉਹਨੂੰ, ਇਹਦੀ ਸਜ਼ਾ ਮਿਲੇਗੀ। ਹੁਣ ਅਗਲੀ ਗੱਲ ਸੁਣਿਓ। ਭਾਈ ਜੇਠਾ ਜੀ ਕਹਿੰਦੇ ਜੀ ਇੱਕ ਬੇਨਤੀ ਹੈ, ਤੇਰੀ ਸਜ਼ਾ ਵੀ ਅੰਮ੍ਰਿਤ ਹੈ, ਪਰ ਸਤਿਗੁਰੂ ਇਹ ਜੋ ਕੁਝ ਹੋਇਆ ਮੈਂ ਆਪਣੇ ਲਈ ਨਹੀਂ ਕੀਤਾ। ਅਬਰੀਕੀ ਲੈਣਾ, ਮੈਂ ਆਪਣੇ ਲਈ ਨਹੀਂ ਕੀਤਾ, ਮੈਂ ਆਪਣੇ ਲਾਲਚ ਨਹੀਂ ਕੁਝ ਕੀਤਾ, ਇਹ ਜੋ ਕੁਝ ਕੀਤਾ ਬਾਬਾ ਬੁੱਢਾ ਸਾਹਿਬ ਜੀ ਦੇ ਹੁਕਮ ਮੁਤਾਬਕ, ਮਾਤਾ ਗੰਗਾ ਜੀ ਦੇ ਕਹਿਣ ਤੇ। ਆਖੋ ਸਤਨਾਮ। ਮੈਂ ਮਾਤਾ ਜੀ ਦਾ ਹੁਕਮ ਉਧਰੋਂ ਆਇਆ, ਕੁਝ ਬਿਧ ਬਣਾ। ਇਹ ਪੰਕਤੀਆਂ ਪੜ੍ਹ ਲਓ, ਤਾਂ ਕਿ ਤੁਹਾਡੀ ਤਸੱਲੀ ਜ਼ਰੂਰੀ ਹੈ। ਜਿਹੜੀਆਂ ਉਸ ਵੇਲੇ ਦੀਆਂ ਸੂਰਜ ਪ੍ਰਕਾਸ਼ ਪੰਕਤੀਆਂ ਲਿਖੀਆਂ ਨੇ ਕਿ ਆਹ ਜਿਹੜਾ ਕਾਰਜ ਹੋਇਆ ਵੀ ਇਹ ਹਕੀਮ ਬਣਨ ਦਾ ਜਾਂ ਰਾਤ ਡਰਾਉਣ ਦਾ, ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਭਾਈ ਜੇਠਾ ਜੀ ਜੇ ਝਿੜਕਾਂ ਪਈਆਂ ਤੇ ਜੋ ਸੱਚਾਈ ਇਹ ਦੱਸ ਦੇਣਾ। ਮਾਤਾ ਜੀ ਦੀ ਆਗਿਆ ਸੀ, ਜਿਵੇਂ ਮਰਜ਼ੀ ਵਿਧ ਬਣਾਓ। ਉਹ ਪੰਕਤੀ ਪੜ੍ਹਿਓ ਪਿਆਰ ਦੇ ਨਾਲ ਜੀ। ਗੁਰਪੂਜੇ ਗੁਰਪੂਜੇ ਲਿਖੋ ਨਾਮ ਜੋ ਮਾਤਾ, ਗੁਰਪੂਜੇ ਲਿਖੋ ਨਾਮ ਜੋ ਮਾਤਾ, ਕਿਸਕੇ ਕਹੇ ਕਈ ਅਸ ਬਾਤਾ, ਕਿਸਕੇ ਕਹੇ ਕਈ ਅਸ ਬਾਤਾ, ਕਿਸਕੇ ਕਹੇ ਕਈ ਅਸ ਬਾਤਾ, ਕਿਸਕੇ ਕਹੇ ਕਈ ਅਸ ਬਾਤਾ। ਓ ਗੁਰਪੂਜੇ ਗੁਰਪੂਜੇ ਲੈ ਨਾਮ ਜੋ ਮਾਤਾ, ਗੁਰੂ ਸਾਹਿਬ ਪੁੱਛਣ ਫਿਰ ਦੱਸ ਦੇਣਾ ਮਾਤਾ ਜੀ। ਜਦੋਂ ਮਾਤਾ ਜੀ ਦਾ ਨਾਂ ਲਿਆ, ਛੇਵੇਂ ਪਾਤਸ਼ਾਹ ਕਹਿੰਦੇ ਤੁਸੀਂ ਹੁਣ ਮਾਤਾ ਜੀ ਦਾ ਨਾਂ ਲੈ ਲਿਆ, ਹੁਣ ਤੁਹਾਡੀ ਸਜ਼ਾ ਨਹੀਂ ਬਣਦੀ। ਆਖੋ ਸਤਨਾਮ। ਮਾਤਾ ਜੀ ਦੇ ਕਹਿਣ ਮੁਤਾਬਕ ਮਹਾਰਾਜ ਜੀ ਉਹਨਾਂ ਦਾ ਹੁਕਮ ਬਾਬਾ ਬੁੱਢਾ ਸਾਹਿਬ ਲੈ ਗਏ। ਇੱਧਰੋਂ ਵਜ਼ੀਰ ਖਾਂ ਨੂੰ ਭੇਜਿਆ ਜਹਾਂਗੀਰ ਨੇ, ਬੜੇ ਤੋਹਫੇ ਦੇ ਕੇ, ਪਦਾਰਥ ਦੇ ਕੇ, ਤਰ੍ਹਾਂ ਤਰ੍ਹਾਂ ਦੇ ਅਨੇਕਾਂ ਤੋਹਫੇ ਦੇ ਕੇ, ਜਾਓ ਛੇਵੇਂ ਪਾਤਸ਼ਾਹ ਨੂੰ ਗਵਾਲੀਅਰ ਵਿੱਚੋਂ ਸਤਿਕਾਰ ਨਾਲ ਲੈ ਕੇ ਆਓ ਤੇ ਮੈਨੂੰ ਦਰਸ਼ਨ ਕਰਵਾਓ ਦਿੱਲੀ। ਤੇ ਅਗਲੀ ਵਾਰੀ ਪ੍ਰਕਰਣ ਬਾਬਾ ਜੀ ਪੂਰਾ ਕਰਾਣ। ਗੁਰ ਜੈਸਾ ਨਾਈ ਕੋ ਦੇਵ, ਗੁਰ ਜੈਸਾ ਨਾਈ, ਬੋਲੋ ਜੀ ਗੁਰ ਜੈਸਾ ਨਾਹੀ, ਬੋਲੇ
ਭਾਈ ਗੁਰ ਇਕਬਾਲ ਸਿੰਘ ਜੀ ਵੱਲੋਂ ਗਾਇਨ ਕੀਤੇ VCD, CD, MP3 ਤੇ DVD ਦੇ 350 ਤੋਂ ਵੀ ਵੱਧ ਨੰਬਰ ਆਪ ਜੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਤਰਨ ਤਾਰਨ ਰੋਡ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜਾਂ ਘਰ ਬੈਠੇ ਹੀ ਕੋਰੀਅਰ ਰਾਹੀਂ ਪ੍ਰਾਪਤ ਕਰ ਸਕਦੇ ਹੋ। ਪੂਰੀ ਜਾਣਕਾਰੀ ਲਈ ਸੰਪਰਕ ਕਰੋ 98765 25 860।